ਤੇ ਮਸ਼ੀਨ ਤੇ ਜੀ ਹੁਣ ਐਮਸੀਲ ਲਾ ਕੇ ਦੇਖਦੇ ਹਾਂ ਕਿਉਂਕਿ ਨਾ ਹੁਣੀ ਪਤਾ ਲੱਗਿਆ ਪਹਿਲਾਂ ਥੋੜ੍ਹਾ ਥੋੜ੍ਹਾ ਪਾਣੀ ਨਿਕਲਦਾ ਸੀ ਪਰ ਸਾਨੂੰ ਪਤਾ ਨਹੀਂ ਸੀ ਵੀ ਇੱਥੋਂ ਪਾਣੀ ਨਿਕਲਦਾ ਅਤੇ ਇੱਥੋਂ ਮਸ਼ੀਨ ਟੁੱਟ ਗਈ ਆ ਕੀਰਾ ਮੇਰੇ ਕੱਪੜੇ ਨਾ ਬਾਹਲੇ ਜ਼ਿਆਦਾ ਪਾਏ ਪਏ ਆ ਮਸ਼ੀਨ 'ਚ ਅਤੇ ਬਸ ਮਸ਼ੀਨ ਨੂੰ ਚਾਹ ਹੀ ਇੰਨਾ ਹੋ ਗਿਆ ਅੱਜ ਵੀ ਮੈਨੂੰ ਉੱਥੋਂ ਤੱਕ ਲੈ ਕੇ ਨਹੀਂ ਜਾਂਦੀ ਅਤੇ ਵੀ ਮੈਂ ਟੁੱਟੀ ਜਾਵਾਂ ਚਾਹ 'ਚ ਹੀ ਟੁੱਟ ਗਈ ਕਿਉਂਕਿ ਨਵਾਂ ਪਲੱਗ ਲੈ ਕੇ ਆਉਂਦਾ ਸੀ ਮੈਨੂੰ ਇੱਥੇ ਪਲੱਗ ਲਾ ਕੇ ਰੱਖ ਲਿਆ ਸੀ ਮੈਂ ਵੀ ਚਲੋ ਉੱਨੀ ਦੂਰ ਮੈਨੂੰ ਨਾ ਤਾਂ ਪਾਣੀ ਮੋਣ ਦੀ ਲੋੜ ਹੈ ਅਤੇ ਨਾ ਮਸ਼ੀਨ ਲਿਜਾਣ ਦੀ ਲੋੜ ਹੈ ਅਤੇ ਬਸ ਟੁੱਟ ਹੀ ਗਈ ਇੰਨੀ ਤਾਂ ਪਾਣੀ ਪਾਣੀ ਹੈ ਨਾ ਘੇਰਾ ਮੈਂ ਕੱਪੜੇ ਧੋ ਦਿੰਦੀ ਹਾਂ ਵਿੱਚ ਕੱਪੜੇ ਪਾਏ ਪਏ ਆ ਹੁਣ ਤਾਂ ਨਵੀਂ ਲਿਆਉਣੀ ਪਊ ਘੇਰਾ ਕੱਪੜੇ ਜਿਹੜੇ ਪਏ ਆ ਮਸ਼ੀਨ 'ਚ ਉਹ ਮੈਂ ਝੱਲ ਦਿੰਦੀ ਹਾਂ ਉਹ ਧੋ ਦਿੰਦੀ ਹੈ ਉਦੋਂ ਬਾਅਦ ਲਾ ਦਿਆਂਗੇ ਹੈ ਨਾ ਖਾਲੀ ਕਰਕੇ ਨਾ ਵੀਡੀਓ ਬਣਾਉਣੀ ਆ ਹੁਣ ਤਾਂ ਮੈਂ ਬਣਾਉਂਗੀ ਜਦੋਂ ਜਮੀ ਤੋੜਤੀ ਇਹ ਮਾਰ ਕੇ ਹੱਥ ਮਾੜਾ ਮੋਟਾ ਤਾਂ ਡੰਗਾ ਲਈ ਜਾਂਦਾ ਸੀ ਮੈਂ ਕੱਪੜੇ ਤਾਂ ਧੋ ਲੈਂਦੀ ਦੋ ਚੱਕਰ ਮੈਂ ਹੋਰ ਲਵਾਉਣੇ ਸੀ ਹਰਫ ਦੇਖ ਤੂੰ ਕੀ ਹੱਸਦਾ ਤੂੰ ਕੀ ਹੱਸਦਾ ਹਰਫ ਦੇਖ ਪੁੱਤ ਟੁੱਟ ਗਈ ਮਸ਼ੀਨ ਤੇਰੇ ਪਾਪੇ ਨੇ ਜਾਣ ਕੇ ਤੋੜਤੀ ਕਿੱਧਰ ਗਿਆ ਹਾਈ ਝਾੜੂ ਥੱਲੇ ਤੋੜੀਆਂ ਨਾ ਮਸ਼ੀਨ ਤੇ ਨਵੀਂ ਵੀ ਆਪੇ ਲਿਆ ਕੇ ਦਿਓ ਹਾਲੇ ਸੀ ਹਰਫ ਦੇ ਬਾਪਾ ਪਲੱਗ ਤੇ ਮੈਂ ਕੱਪੜੇ ਧੋਣ ਲੱਗੀ ਸੀ ਸੋ ਸੁਕਾਉਣੀ ਮਸ਼ੀਨ ਦੇ ਵਿੱਚ ਚਾਦਰ ਪਾਈ ਪਈ ਹੈ ਧੋ ਕੇ ਅਤੇ ਧੁੱਪ ਚਲੀ ਗਈ ਸੀ ਇੱਥੇ ਧੁੱਪ ਥੋੜ੍ਹੀ ਜਿਹੀ ਸੀਗੀ ਮੈਂ ਮੰਜੇ ਦੇ ਧੋ ਕੇ ਕੱਪੜੇ ਪਾ ਦਿਆ ਹਾਂ ਇੰਨੇ ਸੀ ਸਾਪੇ ਨਾਲ ਕੁੱਟ ਕੁੱਟ ਇੱਥੇ ਧੋਤੇ ਆ ਕੱਪੜੇ ਚਾਦਰ ਧੋਤੀ ਹੈ ਅਤੇ ਫਿਰ ਸੁੱਕਣ ਵਾਸਤੇ ਮੈਂ ਮਸ਼ੀਨ 'ਚ ਪਾ ਦਿਆ ਫਿਰ ਐਮਸੀਲ ਲਾਈ ਸੀ ਪਰ ਨਹੀਂ ਕੰਮ ਦਿੱਤਾ ਕਿਉਂਕਿ ਮਸ਼ੀਨ ਹੈ ਨਾ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਹੈ ਇਸ ਤਰ੍ਹਾਂ ਆਹ ਚੀਜ਼ ਤੋਂ ਇੱਥੋਂ ਟੁੱਟ ਗਈ ਸਾਰੀ ਵਿੱਚੋਂ ਬਾਕੀ ਸਾਰੀ ਇਹ ਨਵੀਂ ਪਈ ਹੈ ਮੋਟਰ ਵਗੈਰਾ ਸਭ ਇਹਦੀ ਨਵੀਂ ਚੱਲਦੀ ਹੈ ਕੱਪੜੇ ਸੁੱਕੀ ਵੀ ਜਾਂਦੇ ਆ ਹੈ ਨਾ ਅਤੇ ਪਰ ਇੱਥੋਂ ਟੁੱਟ ਗਈ ਮਤਲਬ ਧੋਣੇ ਆ ਕੱਪੜੇ ਤਾਂ ਸਾਰਾ ਪਾਣੀ ਬਾਹਰ ਨਿਕਲ ਜਾਂਦਾ ਹੈ ਸਾਨੂੰ ਚਾਦਰ 'ਚ ਸੁੱਕ ਜਾਂਦੇ ਆ ਕੱਪੜੇ ਮੈਂ ਧੋਤੇ ਜਿਹੜੇ ਧੋਣੇ ਸੀ ਆਹ ਅਤੇ ਬਾਕੀ ਚਲੋ ਥੋੜ੍ਹਾ ਜਿਹਾ ਟਾਈਮ ਕੱਢਣਾ ਪੈਂਦਾ ਕੱਪੜੇ ਧੋਣ ਲਈ ਅਤੇ ਸੂਰਜ ਦੇਖੋ ਕਿੰਨਾ ਵਧੀਆ ਸਮੈਂ ਕਿ ਇੱਥੇ ਸੂਰਜ ਆਊਗਾ ਚੰਗੀ ਤਰ੍ਹਾਂ ਦੇ ਕੱਪੜੇ ਸੁੱਕ ਜਾਣਗੇ ਮੈਨੂੰ ਲੱਗਦਾ ਵੀ 4:15 ਦਾ ਟਾਈਮ ਹੋ ਗਿਆ ਸ਼ਾਮ ਦਾ ਚਰਖੜਾ ਤੇਰੇ ਕੋਲ ਘਰੇ ਹੈ ਤਾਂ ਹੈਗਾ ਪਤੰਗ ਲਿਆਇਆ ਹੁਣ ਇੰਨੇ ਨਾਲ ਜਾ ਕੇ ਕਿੱਦੇ ਦਾ ਲਾਇਆ ਸੀ ਹਰ ਫਿਰ ਤਾਂ ਡਿਜ਼ਾਈਨ ਵਾਲੇ ਆ ਵੀ ਕਿੰਨੇ ਸੋਹਣੇ ਕੇ ਕੀ ਲਿਆਇਆ ਡਿਜ਼ਾਈਨ ਵਾਲਾ ਹੈ ਦਿਖਾਈ ਅੱਛਾ ਆਹ ਪਰੀਆਂ ਇਹ ਪਲੇਨ ਕਲਰ ਚ ਹੈ ਆਹ ਕਿਹੜੀਆਂ ਨਵਗਾ ਹੋਰ ਆਹ ਪਤੰਗ ਇੰਨੇ ਲਿਆਇਆ ਹਰ ਭਾਅ ਦਿਖਾਈ ਡਿਜ਼ਾਈਨ ਇੱਥੇ ਬਣਿਆ ਓਏ ਓਏ ਡਿੱਗਣਗੇ ਥੱਲੇ ਫਾੜ ਪੁੱਤ ਮੈਥੋਂ ਪਾਟ ਜਾਣਗੇ ਹੱਥ ਚੋਂ ਕਿੰਨੀਆਂ ਸੋਹਣੀਆਂ ਬਣਿਆ ਪਰੀਆਂ ਦਾ ਗਾਜਰਾਂ ਮਟਰਾਂ ਦੀ ਸਬਜ਼ੀ ਤੇ ਇਸ ਤਰ੍ਹਾਂ ਸੁੱਕੀ ਬਹੁਤ ਟੇਸਟੀ ਬਣਦੀ ਹੈ ਸੀ ਸੁਬਹਾ ਦਾ ਟਾਈਮ ਸੀਗਾ ਜਦੋਂ ਮੈਂ ਵੀਡੀਓ ਸ਼ੂਟ ਕੀਤੀ ਸੀ ਤੇ ਮੈਂ ਗਰਮ ਕਰੀ ਜਾਂਦੀ ਸੀ ਤੇ ਇੱਧਰ ਮੈਂ ਮੱਖਣੀ ਵੀ ਬਣਾ ਲਈ ਸੀ ਕਿ 2-3 ਦਿਨ ਹੋ ਗਏ ਮਤਲਬ ਸਾਡੇ ਘਰ ਇਹੀ ਸਬਜ਼ੀ ਬਣਦੀ ਆ ਹਰਫ ਨੂੰ ਹਰਫੇ ਪਾਪਾ ਨੂੰ ਬਾਹਲੀ ਪਸੰਦ ਹੈ ਮੈਂ ਕਹੀ ਜਾਂਦੀ ਸੀ ਵੀ ਹੁਣ ਮੈਂ ਆਲੂ ਮਟਰਾਂ ਦੀ ਬਣਾਉਂਗੀ ਅੱਜ ਅਤੇ ਫਿਰ ਇਹਨਾਂ ਨੂੰ ਮਤਲਬ ਥੋੜ੍ਹੀ ਸਬਜ਼ੀ ਪਈ ਸੀ ਉਹ ਗਾਜਰਾਂ ਮਟਰਾਂ ਵਾਲੀ ਅਤੇ ਫਿਰ ਮੈਂ ਆਲੂ ਮਟਰਾਂ ਦੀ ਸਬਜ਼ੀ ਬਣਾ ਲਈ ਸੀਗੀ ਧਨੀਆ ਧੁਨੀਆ ਪਾ ਕੇ ਵਧੀਆ ਮੱਖਾ ਗ੍ਰੇਵੀ ਵਾਲੀ ਨਾ ਥੋੜ੍ਹੀ ਚਟਪਟੀ ਜਿਹੀ ਸਬਜ਼ੀ ਬਣਾਉਣੀ ਹੈ ਗਾਜਰਾਂ ਮਟਰਾਂ ਦੀ ਸਬਜ਼ੀ ਵੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਇਸ ਕਰਕੇ 2-3 ਦਿਨਾਂ ਦੀ ਬਣਾਈ ਜਾਂਦੀ ਸੀ ਅਤੇ ਹੁਣ ਇੱਥੇ ਮੈਂ ਆਲੂ ਮਟਰਾਂ ਦੀ ਬਣਾ ਲਈ ਸੀ ਆਪਦੇ ਵਾਸਤੇ ਸੋ ਇਹ ਮੈਂ ਚੁੱਲ੍ਹੇ 'ਤੇ ਬਣਾਈ ਜਾਂਦੀ ਸੀ ਚੁੱਲ੍ਹੇ 'ਤੇ ਧਰ ਲਈ ਸੀ ਸਬਜ਼ੀ ਅਤੇ ਬਾਕੀ ਵੀ ਸਰਦੀਆਂ ਦੇ ਵਿੱਚ ਚੁੱਲ੍ਹੇ 'ਚ ਤਾਂ ਅੱਗ ਮੱਚਦੀ ਰਹੇ ਤਾਂ ਵਧੀਆ ਹੀ ਆ ਨਾ ਠੰਡ ਬਹੁਤ ਹੈ ਚੱਲ ਪੁੱਤ ਸਕੂਲ ਦਾ ਟਾਈਮ ਹੋ ਗਿਆ ਅੱਜ ਦਾ ਪੇਪਰ ਰਹਿ ਗਿਆ ਇੱਕ ਠੀਕ ਹੈ ਅਤੇ ਇੱਕ ਕੱਲ੍ਹ ਨੂੰ ਰਹਿ ਗਿਆ ਡਰਾਇੰਗ ਦਾ ਹਰਫ ਅੱਜ ਦਾ ਪੇਪਰ ਰਹਿ ਗਿਆ ਠੀਕ ਹੈ ਆਉਂਦਾ ਆਉਂਦਾ ਇੱਕ ਮਿੰਟ ਬੈਗ ਪਾਉਂਦਾ ਰੋਟੀ ਮੈਂ ਪਾ ਦੀ ਟਿਫਨ ਬੋਤਲ ਵੀ ਪਾਤੀ ਪਾਣੀ ਨਿੱਘਾ ਕਰਕੇ ਠੀਕ ਹੈ ਚੱਲ ਕੋਈ ਕੁਛ ਨਹੀਂ ਨਹੀਂ ਨਾ ਧੁੰਦ ਤੜਕੇ ਤੜਕੇ ਅੱਜ ਪਹਿਲੇ ਦਿਨ ਇੰਨੀ ਧੁੰਦ ਪਈ ਹੈ ਅਤੇ ਟਾਈਮ ਹੈ ਨਾ ਜਿਹੜਾ 9 ਵੱਜ ਗਏ ਹਰਫ ਨੂੰ ਸਕੂਲ ਭੇਜਤਾ ਅਤੇ ਬਾਹਲੀ ਜ਼ਿਆਦਾ ਧੁੰਦ ਪਈ ਪਈ ਹੈ ਦੇਖੋ ਕੁਛ ਵੀ ਨਹੀਂ ਦਿੰਦਾ ਸਮਾਨ ਦੇ ਵਿੱਚ ਤਾਂ ਜਮੇ ਕੁਛ ਨਹੀਂ ਦਿੰਦਾ ਉਹ ਥੋੜ੍ਹਾ ਥੋੜ੍ਹਾ ਦਰਖਤ ਰਹਿੰਦਾ ਅਤੇ ਨਹੀਂ ਕੁਛ ਨਹੀਂ ਦਿੰਦਾ ਦੱਸਦਾ ਉਹ ਜੀ ਪਿੱਛੇ ਬੈਕ ਗਰਾਊਂਡ ਕਿੰਨੀ ਜ਼ਿਆਦਾ ਧੁੰਦ ਹੋਈ ਪਈ ਆ ਬਾਹਲੀ ਜ਼ਿਆਦਾ ਤਰੇਲ ਪਈ ਜਾਂਦੀ ਆ ਮੇਰੇ ਮੂੰਹ 'ਚ ਧੂੰਆਂ ਨਿਕਲਦਾ ਜਿਹੜਾ ਇਹਦੇ ਨਾਲ ਹੀ ਪਤਾ ਲੱਗ ਗਿਆ ਉਹਨੂੰ ਭਾਫ ਜੀ ਨਿਕਲੀ ਨਾ ਬਾਹਲੀ ਜ਼ਿਆਦਾ ਠੰਡ ਅੱਜ ਪਹਿਲੇ ਦਿਨ ਹੀ ਧੁੰਦ ਪਈ ਆ
ਅਤੇ ਹਰਭਜਨ ਦਾਣੀ ਸੀ ਸਕੂਲ, ਕਹਿੰਦਾ ਨਹੀਂ ਮੰਮਾ ਤੁਸੀਂ ਤਾਂ ਮੌਜਾਂ ਨਾ ਘਰੇ ਬੈਠੇ ਹੋ ਠੰਡ 'ਚ, ਮੈਂ ਠੰਡ 'ਚ ਉੱਥੇ ਜਾਂਦਾ ਸਕੂਲ। ਅਤੇ ਫਿਰ ਮੈਂ ਸਾਂਭਰਿਆ ਤਾਂ ਰਹਿ ਗਈ, ਮੈਂ ਕਿਹਾ ਨਹੀਂ ਪੁੱਤ ਅੱਜ ਦਾ ਪੇਪਰ ਰਹਿ ਗਿਆ ਅਤੇ ਕੱਲ੍ਹ ਦਾ ਰਹਿ ਗਿਆ, ਅਤੇ ਉਦੋਂ ਬਾਅਦ ਸ਼ਾਇਦ ਇਹਨੂੰ ਛੁੱਟੀਆਂ ਹੋ ਜਾਣਗੀਆਂ। ਗੱਡੀ 'ਤੇ ਵੀ ਤਰੇਲ ਪਈ ਕਿੰਨੀ ਜ਼ਿਆਦਾ ਠੰਡ ਨਾਲ। ਇੱਧਰ ਦੇਖੋ ਹਰਫ ਟੋਪੀ ਨਹੀਂ ਲੈਂਦਾ ਸੀ, ਮੈਂ ਹੁਣੀ ਬਸ ਇਹਨੂੰ ਨਵਾ ਕੇ ਹਟੀ ਹਾਂ। ਅਤੇ ਠੰਡ ਇੰਨੀ ਜ਼ਿਆਦਾ ਹੋ ਗਈ ਨਾ ਅੱਜ ਤੜਕੇ ਦੀ, ਮਤਲਬ ਜਦੋਂ ਇਹ ਪੇਪਰ ਦੇਣ ਗਿਆ ਉਦੋਂ ਵੀ ਮਤਲਬ ਇੰਨੀ ਜ਼ਿਆਦਾ ਠੰਡ ਸੀਗੀ। ਇਹਦਾ ਕੋਟ ਆ ਨਾ ਜਿਹੜਾ ਸਕੂਲ ਵਾਲਾ, ਅਤੇ ਉਹ ਮੈਨੂੰ ਲੱਗਦਾ ਵੀ ਸ਼ਹਿਰ ਬਸ ਗੇੜਾ ਨਹੀਂ ਵੱਜਿਆ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਵੀ ਮਤਲਬ 10 ਤਰੀਕ ਤੱਕ ਉਹਨਾਂ ਨੇ ਪਹਿਲਾਂ ਕਿਹਾ ਸੀ, ਉਦੋਂ ਬਾਅਦ ਵੀ ਅਸੀਂ ਪਤਾ ਕੀਤਾ ਬਣੇ ਨਹੀਂ ਸੀ ਕੋਟ। ਉਹ ਕਹਿੰਦੇ ਵੀ ਜਿਵੇਂ ਜੇ ਔਡਰ ਆਉਂਦੇ ਅਸੀਂ ਉਵੇਂ ਜੇ ਬਣਾਉਣੇ ਹੈ। ਅਤੇ ਹੁਣ ਹਰਫ ਨੂੰ ਮੈਂ ਆਹ ਕੋਟ ਧੱਕੇ ਨਾਲ ਪਵਾਇਆ, ਥੱਲੇ ਵੀ ਤਾਂ ਜਿੱਪ ਅੜਦੀ ਹੈ, ਜਿੱਪ ਨਹੀਂ ਹਟਾਉਂਦਾ। ਟੋਪੀ ਮੇਰੇ ਸਿਰ 'ਤੇ ਦਿੱਤੀ ਆ, ਹੁਣ ਬਸ ਮੈਂ ਲੱਗਿਆ ਪਿਆ ਮੰਮਾ ਨੇ ਮੇਰੇ ਕਿਹਾ ਬਸ ਜਰਾਬਾਂ ਪਾਤੀਆਂ, ਮੋਟੇ ਕੱਪੜੇ ਆ, ਮੋਟੀ ਸ਼ਰਟ ਮਸਾਂ ਪਵਾਈ ਆ, ਅਤੇ ਆਹ ਗਲਵਜ਼ ਵੀ ਮੈਂ ਇਹਨੂੰ ਪੱਛਮ ਦੇ ਦਿੱਤੇ ਆ। ਅਤੇ ਕਿਉਂਕਿ ਮਤਲਬ ਬੱਚੇ ਨੂੰ ਠੰਡ ਲੱਗ ਜਾਂਦੀ, ਆਉਂਦੀ ਆਉਂਦੀ ਠੰਡ ਲੱਗਦੀ ਹੁੰਦੀ ਆ ਜਾਂ ਜਾਂਦੀ ਜਾਂਦੀ, ਅਤੇ ਬਾਹਲੀ ਜ਼ਿਆਦਾ ਠੰਡ ਹੋਈ ਵੀ ਅੱਜ ਸੁਬਹਾ ਵੀ ਇੰਨੀ ਜ਼ਿਆਦਾ ਧੁੰਦ ਸੀਗੀ ਨਾ, ਕੁਛ ਨਹੀਂ ਦਿੰਦਾ ਸੀਗਾ ਜਿਵੇਂ ਹੁਣ ਤੁਹਾਨੂੰ ਸੁਬਹਾ ਦਿਖਾਈ ਵੀਡੀਓ। ਅਤੇ ਹੁਣ ਮੈਨੂੰ ਸਕੂਲ ਜਾਂਦੇ ਨੂੰ ਨਹੀਂ ਨਵਾਉਂਦੀ ਹੁੰਦੀ, ਕਿਉਂਕਿ ਸਾਰੇ ਮੈਨੂੰ ਲੱਗਦਾ ਐਂ ਕਰਦੇ ਹੋਣਗੇ ਤੂੰ ਸੁਬਹਾ ਠੰਡ ਆ ਗਈ ਬੱਚਿਆਂ ਨੂੰ, ਅਤੇ ਜਦੋਂ ਇਹ ਆ ਜਾਂਦਾ ਉਦੋਂ ਫਿਰ ਮੈਂ ਧੁੱਪੇ ਇਹਨੂੰ ਉਦੋਂ ਨਵਾਉਂਦੀ ਹਾਂ ਅਤੇ ਪਾਣੀ ਗਰਮ ਪਿਆ ਹੁੰਦਾ। ਸੋ ਹੁਣ ਇਹ ਬਸ ਖੇਡੂਗਾ, ਇਹਦਾ ਕੱਲ੍ਹ ਨੂੰ ਮੇਰਾ ਡਰਾਇੰਗ ਦਾ ਪੇਪਰ ਹੀ ਰਹਿ ਗਿਆ ਹਰਪ ਇਕੱਲਾ, ਹੈ ਨਾ ਇਕੱਲਾ ਡਰਾਇੰਗ ਦਾ ਪੇਪਰ ਰਹਿ ਗਿਆ, ਬਸ ਕੱਲ੍ਹ ਨੂੰ ਪੇਪਰ ਦੇ ਕੇ ਉਦੋਂ ਬਾਅਦ ਸ਼ਾਇਦ ਇਹਨੂੰ ਛੁੱਟੀਆਂ ਹੋਣਗੀਆਂ। ਅਤੇ ਚੱਲ ਹਰਫ ਤੂੰ ਖੇਡ ਲਾ ਪੁੱਤ, ਠੀਕ ਹੈ? ਇਹ ਹੁਣ ਇੱਧਰਲੇ ਪਾਸੇ ਕਿਵੇਂ ਕਰ ਲਿਆ, ਪੁੱਠਾ ਚੜ੍ਹਾ ਲਿਆ ਜਿਸ ਤਰ੍ਹਾਂ ਨਾਲ, ਤੂੰ ਇੱਥੋਂ ਪਾਟੇ ਪਿਆ ਥੋੜ੍ਹਾ ਜਿਹਾ, ਇਹਦਾ ਕੋਈ ਆਪਾਂ ਸੈਟਿੰਗ ਕਰ ਦਿੰਦੇ ਹਾਂ, ਠੀਕ ਹੈ? ਠੀਕ ਹੈ ਮੈਂ ਸਿਉਂ ਦਿੰਦੀ ਹਾਂ, ਠੀਕ ਹੈ? ਐਪ ਇਕੱਠੀ ਕਰੋ, ਐਪ ਇਕੱਠੀ ਕਰੇ ਮੈਂ ਜਦੋਂ ਮਸ਼ੀਨ ਇੱਥੇ ਲਾਈ ਲਿਆ ਕੇ, ਮੈਂ ਸੋਚੀ ਚੱਲਾ ਵੀ ਕਿਤੇ ਅੱਗੇ ਵਾਂਗੂ ਪਾਇਪ ਹੈ ਨਹੀਂ ਮਸ਼ੀਨ ਦੀ, ਅਤੇ ਮੈਂ ਮਸ਼ੀਨ ਹੈ ਤੈਨੂੰ ਕਿੱਡੀ ਸੀ ਕਰੀ, ਕਹਿੰਦਾ ਮੈਂ ਕਿਹਾ ਪਾਇਪ ਜੀ ਕਿੱਧਰੋਂ ਨਿਕਲ ਗਈ। ਇਹ ਹਰਫ ਨੇ ਲਾਈ ਅੱਜ ਪਾਇਪ, ਹਰਫ ਦੇ ਨੀ ਪਵਾਏ ਸਾਈਕਲੀ ਦੇ ਪਵਾਇਆ, ਖਰਚੇ ਨੂੰ ਕੰਮ ਖੜਾ ਕਰਤਾ, ਹਰਫ ਬ੍ਰੇਕ ਮਾਰਦਾ ਤੇ ਸਾਈਓ ਨਵੇਂ ਪਵਾਉਣੇ ਪਏ ਆ, ਬ੍ਰੇਕ ਵੀ ਲੋਹੇ ਵਾਲੇ ਪਵਾਏ ਕਹਿੰਦਾ ਨਵੇਂ, ਠੀਕ ਹੈ? ਦੇਖੋ ਰੈਡੀ ਸਟੈਂਡ ਦੇਖੀ ਪਾਪਾ, ਹਾਂ ਪਿਛਾਵੜਾ ਬ੍ਰੇਕ ਨਹੀਂ ਲੱਗਦਾ, ਅੱਗੇ ਪਿਛਾਵੜਾ ਵੀ ਲੱਗਦਾ।